ਸੁਣੋ ਨਾ ਜਿੰਨਾ ਆਖਿਆ ਸਾਡਾ ਰੱਬ ਅੱਲਾ, ਫਿਰ ਉਹਨਾਂ ਤੇ ਦੁੱਖ ਆਏ, ਉਹਨਾਂ ਤੇ ਤਕਲੀਫਾਂ ਤੇ ਮੁਸ਼ਕਲਾਂ ਆਈਆਂ। ਸਹੀ ਮੁਸਨਦ ਅਹਿਮਦ ਦੇ ਅੰਦਰ ਰਵਾਇਤ ਮੌਜੂਦ ਹੈ, ਸਹੀ ਸਨਦ ਦੇ ਨਾਲ ਸਿੱਕੇ ਬੰਦ ਰਵਾਇਤ ਹੈ, ਸਹੀ ਮੁਸਲਿਮ ਅੰਦਰ ਵੀ ਰਵਾਇਤ ਮੌਜੂਦ ਹੈ। ਮੇਰੇ ਤੇਰੇ ਪੈਗੰਬਰ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਆਕਾ ਕਾਇਨਾਤ ਫਰਮਾਉਂਦੇ ਨੇ, ਮੇਰੇ ਆਕਾ ਨੇ ਹਦੀਸ ਏ ਵਾਕਿਆ ਆਪਣੇ ਸਹਾਬਾ ਨੂੰ ਸੁਣਾਇਆ ਏ, ਜਿਹੜਾ ਮੈਂ ਅੱਜ ਤੁਹਾਨੂੰ ਸੁਣਾਉਣ ਲੱਗਾ ਵਾ ਬੜਾ ਲੰਬਾ ਵਾਕਿਆ ਏ। ਮੇਰੇ ਆਕਾ ਫਰਮਾਉਂਦੇ ਨੇ, ਓਏ ਮੇਰੇ ਸਹਾਬੀਓ, ਇੱਕ ਬਾਦਸ਼ਾਹ ਹੋਇਆ ਕਰਦਾ ਸੀ, ਇਹ ਜਾਦੂ ਦੇ ਜ਼ਰੀਏ ਆਪਣੀ ਹਕੂਮਤ ਚਲਾਉਂਦਾ ਸੀ, ਇਹ ਜਾਦੂ ਦੇ ਨਾਲ ਆਪਣੀ ਹਕੂਮਤ ਦਾ ਨਿਜ਼ਾਮ ਚਲਾ ਰਿਹਾ, ਇਹਦੀ ਹਕੂਮਤ ਦੇ ਅੰਦਰ ਜਿਹੜਾ ਜਿਹਨੂੰ ਮੈਂ ਜਾਦੂ ਸਿਖਾ ਦੇਵਾਂ, ਜਿਹਨੂੰ ਜਾਦੂ ਮੈਂ ਦੱਸ ਦੇਵਾਂ, ਮੇਰੀ ਜ਼ਿੰਦਗੀ ਦਾ ਪਤਾ ਕੋਈ ਨਹੀਂ, ਮੈਂ ਬੁੱਢਾ ਹੋ ਗਿਆ ਵਾ, ਉਹਨੂੰ ਜਾਦੂ ਸਿਖਾ ਦੇਣਾ ਵਾ, ਮੇਰੇ ਮਰਨ ਤੋਂ ਬਾਅਦ ਤੁਹਾਡੇ ਕੰਮ ਆਏਗਾ, ਮੇਰੇ ਜਾਣ ਤੋਂ ਬਾਅਦ ਤੁਹਾਡੇ ਕੰਮ ਆਏਗਾ, ਜਾਦੂ ਚੱਲ ਜਾਏਗਾ। ਜਦੋਂ ਇਹ ਬਾਦਸ਼ਾਹ ਨੇ ਇੱਕ ਬੱਚਾ ਲੱਭਿਆ, ਬੜਾ ਜ਼ਹੀਨ ਬੱਚਾ ਮਿਲਿਆ, ਬੱਚਾ ਰੋਜ਼ਾਨਾ ਦੀਆਂ ਡਿਊਟੀਆਂ ਲੱਗ ਗਈਆਂ ਨੇ, ਇਹ ਬੱਚਾ ਜਾਦੂਗਰ ਕੋਲ ਜਾਦੂ ਸਿੱਖਣਾ ਸ਼ੁਰੂ ਹੋ ਗਿਆ। ਆਪਣੇ ਘਰ ਤੋਂ ਲੈ ਕੇ ਜਾਦੂਗਰ ਤੱਕ ਜਾਂਦੇ ਆ, ਰਸਤੇ ਦੇ ਅੰਦਰ ਇੱਕ ਰਾਹਿਬ, ਇੱਕ ਆਲਮ ਜਿਹੜਾ ਹੈ, ਇਹ ਵਾਕਿਆ ਹਜ਼ਰਤ ਈਸਾ ਅਲੈਹਿ ਸਲਾਮ ਉਹਨਾਂ ਦੀ ਨਬੂਵਤ ਤੋਂ ਬਾਅਦ ਦਾ ਵਾਕਿਆ, ਉਹਨਾਂ ਦੇ ਮੰਨਣ ਵਾਲਿਆਂ ਦਾ ਵਾਕਿਆ ਹੈ। ਲੋਗੋ ਹਜ਼ਰਤ ਈਸਾ ਤੋਂ ਬਾਅਦ ਦਾ ਵਾਕਿਆ, ਜਦੋਂ ਉਹ ਬੱਚਾ ਜਾਂਦਾ ਏ ਤੇ ਰਸਤੇ ਦੇ ਅੰਦਰ ਇੱਕ ਪਾਇਕ ਰਾਹਿਬ ਜਿਹੜਾ ਉਹ ਅੰਜੀਲ ਪੜ ਪੜ ਕੇ ਲੋਕਾਂ ਨੂੰ ਸੁਣਾਉਂਦਾ ਏ, ਉਹ ਅੱਲਾ ਅੱਲਾ ਦੀਆਂ ਦੁਹਾਈਆਂ ਦਿੰਦਾ, ਅੱਲਾ ਅੱਲਾ ਦੀਆਂ ਲਲਕਾਰਾਂ ਦਿੰਦਾ ਏ। ਅੱਲਾ ਕੱਲਾ ਏ, ਉਹਦਾ ਸ਼ਰੀਕ ਕੋਈ ਨਹੀਂ, ਅੱਲਾ ਇੱਕ ਏ, ਉਹਦਾ ਸਾਂਝੀ ਕੋਈ ਨਹੀਂ, ਅੱਲਾ ਤੋਂ ਸਭ ਕੁਝ ਮੰਗਿਆ ਕਰੋ, ਅੱਲਾ ਕੋਲ ਸਾਰਾ ਕੁਛ ਮੰਗਣਾ ਏ। ਲੋਗੋ ਨਬੀ ਪਾਕ ਨੇ ਫਰਮਾਇਆ, ਅਗਰ ਜੁੱਤੀ ਦਾ ਤਸਮਾ ਟੁੱਟ ਜਾਏ, ਜੇ ਤਸਮਾ ਮੰਗਣੇ ਤੇ ਰੱਬ ਕੋਲੋਂ ਮੰਗਣਾ, ਜੇ ਸੂਈ ਵਾਸਤੇ ਧਾਗੇ ਦੀਆਂ ਲੋੜਾਂ ਪੈ ਗਈਆਂ ਨੇ, ਧਾਗਾ ਵੀ ਮੰਗਣਾ ਤੇ ਰੱਬ ਕੋਲੋਂ ਮੰਗਣਾ, ਅੱਲਾ ਤੋਂ ਇਲਾਵਾ ਕੋਈ ਦੇਣ ਵਾਲਾ ਨਹੀਂ। ਇਹ ਰਾਹਬ ਜਿਹੜਾ ਇਹ ਵੀ ਦਰਸ ਦਿੰਦਾ, ਇਹ ਵੀ ਅੱਲਾ ਦੀ ਤੋਹੀਦ ਸੁਣਾਉਂਦਾ ਏ, ਇਹ ਬੱਚਾ ਅੱਲਾ ਦੀ ਤੋਹੀਦ ਸੁਣਦਾ ਏ, ਅੱਲਾ ਦੀ ਤੋਹੀਦ ਇਸ ਰਾਹਬ ਕੋਲੋਂ ਸੁਣਦਾ। ਅੱਗੇ ਜਾਦੂਗਰ ਕੋਲ ਚਲਾ ਜਾਂਦਾ, ਜਾਦੂ ਸਿੱਖਦਾ, ਉਧਰੋਂ ਤੋਹੀਦ ਸਿੱਖਦਾ ਏ, ਉਧਰੋਂ ਦੀਨ ਦਾ ਇਲਮ ਸਿੱਖਦਾ, ਉਧਰੋਂ ਜਾਦੂਗਰ ਕੋਲ ਜਾਦੂ ਸਿੱਖਦਾ। ਇਹ ਜੇ ਬੱਚਾ ਉਧਰੋਂ ਜਾਣ ਲੱਗਿਆ ਲੇਟ ਹੋ ਜਾਂਦਾ, ਜਦੋਂ ਜਾਦੂਗਰ ਦੇ ਕੋਲ ਜਾਂਦਾ, ਉਹ ਜਾਦੂਗਰ ਵੀ ਡਾਂਟਦਾ ਏ, ਤੂੰ ਲੇਟ ਕਿਉਂ ਆਇਆ ਏ। ਜਦੋਂ ਘਰ ਜਾਂਦਾ ਘਰ ਵਾਲੇ ਆਉਂਦੇ ਨੇ, ਤੂੰ ਲੇਟ ਕਿਉਂ ਆਇਆ, ਆ ਕੇ ਆਪਣੇ ਉਸਤਾਦ ਰਾਹਬ ਨੂੰ ਦੱਸਿਆ ਏ। ਰਾਹਬ ਕਹਿਣ ਲੱਗਾ, ਬੇਟਾ ਇੰਜ ਕਰਿਆ ਕਰ, ਜਦੋਂ ਜਾਦੂਗਰ ਦੇ ਕੋਲ ਜਾਣਾ ਏ, ਉਹਨੂੰ ਕਹਿ ਦਿੱਤਾ ਕਰ ਮੈਨੂੰ ਘਰ ਵਾਲਿਆਂ ਲੇਟ ਕੱਲਿਆ, ਮੈਂ ਘਰੋਂ ਹੀ ਲੇਟ ਆਇਆ ਵਾਂ, ਤੇ ਜਦੋਂ ਜਾਦੂਗਰ ਦੇ ਕੋਲੋਂ ਵਾਪਸ ਕਰ ਜਾਵੇਂ, ਤੂੰ ਇੰਜ ਨੂੰ ਸੁਬੋ ਵੀ ਮੇਰੇ ਕੋਲੋਂ ਦਰਸ ਸੁਣ ਕੇ ਜਾਇਆ ਕਰ, ਸ਼ਾਮ ਨੂੰ ਵੀ ਸਬਕ ਲੈ ਕੇ ਜਾਇਆ ਕਰ। ਜਦੋਂ ਘਰ ਜਾਵੇਂ ਤੇ ਉਹਨਾਂ ਨੂੰ ਕਿਹਾ ਕਰ, ਜਾਦੂਗਰ ਨੇ ਲੇਟ ਕੱਲਿਆ। ਐਵੇਂ ਵੇਲਾ ਲੰਘਦਾ ਗਿਆ, ਇਲਮ ਸਿੱਖਦਾ ਰਿਹਾ। ਇੱਕ ਦਿਨ ਇਹ ਬੱਚਾ ਜਾ ਰਿਹਾ ਰਸਤੇ ਦੇ ਅੰਦਰ, ਇੱਕ ਰਸਤੇ ਦੇ ਅੰਦਰ ਬੜਾ ਵੱਡਾ ਅਲਤਹਾ ਸੱਪ ਜਿਹੜਾ, ਇੱਕ ਬੜਾ ਵੱਡਾ ਸੱਪ ਆ ਕੇ ਰਸਤੇ ਤੇ ਬਹਿ ਗਿਆ। ਇਹ ਸੱਪ ਨੇ ਆ ਕੇ ਰਸਤਾ ਮੰਨ ਲਿਆ ਏ, ਉਧਰ ਦੇ ਲੋਕ ਉਧਰ ਰਹਿ ਗਿਆ, ਇੱਧਰ ਦੇ ਲੋਕ ਇੱਧਰ ਰਹਿ ਗਿਆ, ਬੜੇ ਪਰੇਸ਼ਾਨ ਹੋ ਗਏ। ਆਂਦੇ ਨੇ ਬਣ ਕੀ ਗਿਆ, ਇੰਨਾ ਤਗੜਾ ਸੱਪ, ਇੰਨਾ ਬੜਾ ਅਲਤਹਾ ਏ, ਇਹਨੂੰ ਕੌਣ ਮਾਰਨ ਦੀਆਂ ਜੁਰਤਾਂ ਰੱਖ ਸਕਦਾ ਏ, ਇਹਨੂੰ ਕੌਣ ਮਾਰ ਸਕਦਾ ਏ। ਇਹ ਬੱਚਾ ਵੀ ਓਨੀ ਦੇਰ ਨੂੰ ਪਹੁੰਚ ਗਿਆ ਏ, ਬੱਚੇ ਨੇ ਇੰਜ ਕਰਕੇ ਇੱਕ ਡਰੋੜਾ ਫੜਿਆ, ਇੱਕ ਬੱਟਾ ਫੜਿਆ, ਆਂਦਾ ਅੱਜ ਦੇ ਅਸਮਾਨ ਦੇ ਦਿਨ ਆ ਗਏ ਨੇ, ਅੱਜ ਤੇ ਵਕਤ ਆ ਗਿਆ ਪਰਖਣ ਦਾ, ਅੱਜ ਤੇ ਵਕਤ ਆ ਗਿਆ ਤਹਿਕੀਕ ਕਰਨ ਦਾ, ਮੈਂ ਵੇਖਣਾ ਵਾ ਰਾਹਬ ਦਾ ਦੀਨ ਸੱਚਾ ਹੈ ਜਾਂ ਜਾਦੂਗਰ ਦਾ ਜਾਦੂ ਸੱਚਾ ਹੈ। ਅੱਜ ਪਤਾ ਲੱਗ ਜਾਏਗਾ ਵਜ੍ਹਾ ਕੀ ਹੈ, ਅੱਜ ਪਤਾ ਲੱਗ ਜਾਏਗਾ ਕਿ ਦਾ ਦੀਨ ਸੱਚਾ ਹੈ। ਇਹ ਬੱਚੇ ਨੇ ਵੱਟਾ ਫੜਿਆ ਹੈ, ਅਸਮਾਨ ਵੱਲ ਨਿਗਾਹਾਂ ਉਠਾਈਆਂ ਨੇ,
ਆਂਦਾ ਅੱਲਾ ਆ ਜਿਹੜਾ ਸੱਪ ਸਾਹਮਣੇ ਨਿਕਲਿਆ ਮੈਂ ਇਹਨੂੰ ਵੱਟਾ ਮਾਰਨ ਲੱਗਾ ਵਾ। ਅਗਰ ਉਸ ਰਾਹਿਬ ਦਾ ਦੀਨ ਸੱਚਾ, ਅਗਰ ਉਹ ਤੇਰਾ ਨਾਂ ਹੀ ਲੈਂਦਾ ਹੈ, ਤੂੰ ਸੱਚਾ ਏ, ਤੇਰਾ ਦੀਨ ਸੱਚਾ ਏ, ਫਿਰ ਇਹ ਸੱਪ ਨੂੰ ਮਰ ਜਾਣਾ ਚਾਹੀਦਾ ਏ। ਅੱਲਾ ਦਾ ਨਾਂ ਲੈ ਕੇ ਇਸ ਬੱਚੇ ਨੇ ਵੱਟਾ ਮਾਰਿਆ, ਸੱਪ ਉੱਥੇ ਹੀ ਮਰ ਜਾਂਦਾ ਏ। ਇਹਨੂੰ ਪਤਾ ਲੱਗ ਗਿਆ, ਇਹਨੂੰ ਯਕੀਨ ਹੋ ਗਿਆ ਕਿ ਉਸ ਰਾਹਿਬ ਦਾ ਦੀਨ ਸੱਚਾ ਏ, ਉਹ ਅਰਸ਼ਾਂ ਵਾਲਾ ਰੱਬ ਸੱਚਾ ਏ। ਆ ਕੇ ਸਾਰਾ ਵਾਕਿਆ ਆਪਣੇ ਉਸਤਾਦ ਰਾਹਿਬ ਨੂੰ ਸੁਣਾਉਂਦਾ ਏ। ਇਹ ਰਾਹਿਬ ਕਹਿਣ ਲੱਗਾ, ਬੇਟਾ ਅੱਲਾ ਨੇ ਤੈਨੂੰ ਪਸੰਦ ਕਰ ਲਿਆ ਏ, ਅੱਲਾ ਨੇ ਤੈਨੂੰ ਸ਼ਾਨਾਂ ਮੇਰੇ ਨਾਲੋਂ ਵੀ ਬਹੁਤੀਆਂ ਦੇ ਛੱਡੀਆਂ ਨੇ, ਪਰ ਬੇਟਾ ਇੱਕ ਗੱਲ ਯਾਦ ਰੱਖ ਲੈ, ਹੁਣ ਤੇਰੇ ਤੇ ਮੁਸ਼ਕਲਾਂ ਵੀ ਆਉਣਗੀਆਂ, ਹੁਣ ਤੇਰੇ ਤੇ ਦੁੱਖ ਵੀ ਆਣਗੇ, ਹੁਣ ਤੈਨੂੰ ਪਰੇਸ਼ਾਨੀਆਂ ਵੀ ਆਣਗੀਆਂ, ਪਰ ਡਗਮਗਾਈ ਨਾ, ਪਰੇਸ਼ਾਨ ਨਾ ਹੋਈ, ਆਪਣੇ ਪੈਰਾਂ ਤੋਂ ਲੜਖੜਾ ਨਾ ਜਾਈ ਨਾ, ਕਿਉਂ ਜਿੰਨੇ ਵੀ ਦੀਨ ਦੱਸਿਆ, ਜਿੰਨੇ ਵੀ ਇੱਕ ਰੱਬ ਦੀਆਂ ਦਾਵਤਾਂ ਦਿੱਤੀਆਂ ਨੇ, ਜਿੰਨੇ ਵੀ ਕੱਲੇ ਰੱਬ ਵੱਲੇ ਬੁਲਾਇਆ, ਉਹਦੇ ਦੁਸ਼ਮਣ ਬਣ ਗਏ ਨੇ, ਉਹਨੂੰ ਤਕਲੀਫਾਂ ਦਿੱਤੀਆਂ ਗਈਆਂ ਨੇ, ਤੁਸੀਂ ਨਹੀਂ ਤੇਰੇ ਕੋਲ ਪਹਿਲੇ ਲੋਕਾਂ ਨੂੰ ਵੀ ਦੁੱਖ ਆਏ ਨੇ, ਉਹਨਾਂ ਨੂੰ ਵੀ ਪਰੇਸ਼ਾਨੀਆਂ ਮੁਸੀਬਤਾਂ ਆਈਆਂ ਨੇ। ਪਰ ਬੇਟਾ ਪਰੇਸ਼ਾਨ ਨਾ ਹੋਵੀ, ਗਮਜ਼ਦਾ ਨਾ ਹੋਵੀ, ਆਪਣੇ ਦੀਨ ਤੇ ਕਾਇਮ ਰਵੀ ਨਾ, ਇਹ ਬੱਚੇ ਦੀਆਂ ਸ਼ੋਰਤਾਂ ਹੋ ਗਈਆਂ, ਇਸ ਬੱਚੇ ਦੇ ਕੋਲ ਸਿਰ ਬਿਮਾਰ ਆਉਂਦੇ, ਇਹਦੇ ਕੋਲ ਨਜ਼ਰੇ ਬਦਵਾਲੇ ਆਉਂਦੇ, ਇਹਦੇ ਕੋਲ ਅੱਖਾਂ ਤੋਂ ਨਬੀਨੇ ਆਉਂਦੇ, ਇਹਦੇ ਕੋਲ ਬੁਖਾਰ ਵਾਲੇ ਆਉਂਦੇ, ਬੱਚਾ ਦੁਆਵਾਂ ਕਰਦਾ, ਅੱਲਾ ਸ਼ਿਫਾਵਾਂ ਦੇ ਦਿੰਦਾ, ਇਹ ਬੱਚਾ ਦੁਆਵਾਂ ਕਰਦਾ, ਅੱਲਾ ਸੋਹਣਾ ਸ਼ਿਫਾਵਾਂ ਦੇ ਦਿੰਦਾ। ਜਦੋਂ ਇਸ ਬੱਚੇ ਦੀਆਂ ਮਸ਼ਹੂਰੀਆਂ ਹੋ ਗਈਆਂ, ਉਹ ਜਿਹੜਾ ਬਾਦਸ਼ਾਹ ਵਕਤ ਦੇ ਆਪਣੇ ਆਪ ਨੂੰ ਰੱਬ ਸਦਾਉਂਦਾ ਹੈ, ਆਪਣੇ ਆਪ ਨੂੰ ਅੱਲਾ ਦੇ ਲਕਬ ਨਾਲ ਰੱਖਦਾ ਹੈ, ਲੋਕਾਂ ਉਸ ਬਾਦਸ਼ਾਹ ਦਾ ਵਜ਼ੀਰ ਅੱਖਾਂ ਤੋਂ ਨਬੀਨਾ ਹੋ ਗਿਆ, ਇਹਨੂੰ ਵੀ ਅੱਖਾਂ ਤੋਂ ਨਜ਼ਰ ਕੁਝ ਨਹੀਂ ਆਉਂਦਾ। ਇਹ ਵਜ਼ੀਰ ਨੂੰ ਪਤਾ ਲੱਗਾ ਕਿ ਜਾਦੂ ਕਰਦਾ ਉਹ ਸ਼ਗਿਰਦ ਬੱਚਾ ਜਿਹੜਾ ਏ, ਉਹਦਾ ਤੇ ਬੜਾ ਨਾਂ ਚੱਲ ਗਿਆ, ਬਿਮਾਰਾਂ ਨੂੰ ਸ਼ਿਫਾਵਾਂ ਮਿਲਦੀਆਂ ਪਈਆਂ ਨੇ, ਮੈਂ ਵੀ ਉਹਦੇ ਕੋਲ ਜਾਣਾ ਵਾ, ਇਹਨੇ ਤੋਹਫੇ ਤਹਿਫ ਲੈ ਲਏ, ਇਹਨੇ ਮਾਲ ਤੇ ਦੌਲਤ ਲਿਆ, ਬੜਾ ਪੈਸਾ ਲਿਆ ਏ, ਲੈ ਕੇ ਤੇ ਉਸ ਬੱਚੇ ਦੇ ਕੋਲ ਚਲਾ ਗਿਆ। ਜਾ ਕੇ ਆਂਦਾ, ਬੱਚਿਆ ਆ ਤੋਹਫੇ ਤੂੰ ਲੈ ਲੈ, ਆ ਮਾਲ ਤੇ ਪੈਸਾ ਤੂੰ ਲੈ ਲੈ, ਪਰ ਅੱਖਾਂ ਮੈਨੂੰ ਦੇ ਦੇ, ਸਾਰਾ ਕੁਝ ਤੂੰ ਲੈ ਲੈ, ਅੱਖਾਂ ਮੈਨੂੰ ਦੇ ਦੇ। ਬੱਚਾ ਕਹਿਣ ਲੱਗਾ, ਵਜ਼ੀਰ ਜੀ ਭੁਲੇਖਾ ਲੱਗ ਗਿਆ ਏ, ਅੱਖਾਂ ਮੈਂ ਨਹੀਂ ਦਿੰਦਾ, ਮੇਰਾ ਰੱਬ ਦਿੰਦਾ ਏ। ਓਏ ਬਾਦਸ਼ਾਹ ਜੀ, ਓਏ ਵਜ਼ੀਰ ਜੀ ਭੁਲੇਖਾ ਲੱਗ ਗਿਆ ਏ, ਅੱਖਾਂ ਮੈਂ ਨਹੀਂ ਦਿੰਦਾ, ਮੇਰਾ ਰੱਬ ਦਿੰਦਾ ਏ। ਇਹ ਕਹਿੰਦਾ ਕਿ ਕੀ ਹੋ ਗਿਆ, ਕੀ ਆਨਾ ਏ, ਤੂੰ ਤੇ ਜਾਦੂ ਸਿੱਖਣਾ ਸੀ, ਆਪਦੇ ਜਾਦੂ ਨਾਲ ਮੈਂ ਦੇ ਗਿਆ ਅੱਖਾਂ ਦਿੰਦਾ ਏ। ਤੇ ਇਹ ਵਜ਼ੀਰ ਕਹਿਣ ਲੱਗਾ, ਕਿਹੜਾ ਰੱਬ ਏ? ਇਹ ਬੱਚਾ ਕਹਿਣ ਲੱਗਾ, ਜਿਹੜਾ ਤੇਰਾ ਵੀ ਰੱਬ ਏ, ਮੇਰਾ ਵੀ ਰੱਬ ਏ, ਭਾਈ ਲਾਹੋ ਮੈਂ ਇਲਾਹੋ ਵਾਹਿਦ ਰਹਿਮਾਨ ਰਹੀਮ। ਇਹ ਬੱਚਾ ਕਹਿਣ ਲੱਗਾ, ਇੱਕੋ ਇਲਾਹੇ, ਉਹਦੇ ਤੋਂ ਇਲਾਵਾ ਰੱਬ ਕੋਈ ਨਹੀਂ, ਉਹਦੇ ਤੋਂ ਇਲਾਵਾ ਮੁਸ਼ਕਲ ਕੁਸ਼ਾ ਕੋਈ ਨਹੀਂ, ਉਹ ਮੇਰਾ ਅੱਲਾ ਦੇਣ ਵਾਲਾ ਅੱਖਾਂ। ਇਹ ਵਜ਼ੀਰ ਕਹਿੰਦਾ, ਫਿਰ ਮੈਨੂੰ ਵੀ ਅੱਖਾਂ ਲੈ ਕੇ ਦੇਣਾ, ਮੈਨੂੰ ਵੀ ਅੱਖਾਂ ਦੇ ਰੱਬ ਕੋਲੋਂ ਲੈ ਕੇ ਦੇ। ਇਹ ਬੱਚਾ ਕਹਿਣ ਲੱਗਾ, ਇੱਕ ਸ਼ਰਤ ਮੇਰੀ, ਤੈਨੂੰ ਮੁਸਲਮਾਨ ਹੋਣਾ ਪਵੇਗਾ, ਤੈਨੂੰ ਇਸਲਾਮ ਕਬੂਲ ਕਰਨਾ ਪਵੇਗਾ, ਫਿਰ ਅੱਖਾਂ ਰੱਬ ਕੋਲੋਂ ਲੈ ਦੇਵਾਂਗਾ, ਮੁਸਲਮਾਨ ਤੂੰ ਹੋ ਜਾ, ਅੱਖਾਂ ਤੈਨੂੰ ਮੇਰਾ ਅੱਲਾ ਦੇ ਦੇਵੇਗਾ, ਅੱਖਾਂ ਮੇਰਾ ਰੱਬ ਦੇ ਦੇਵੇਗਾ। ਇਹਨੇ ਆਖਿਆ, ਠੀਕ ਹੈ, ਮੈਨੂੰ ਮਨਜ਼ੂਰ ਹੈ। ਇਹ ਮੁਸਲਮਾਨ ਹੋ ਗਿਆ, ਇਸਲਾਮ ਕਬੂਲ ਕਰ ਲਿਆ। ਉਸ ਬੱਚੇ ਨੇ ਦੁਆ ਕੀਤੀ, ਅੱਲਾ ਨੇ ਅੱਖਾਂ ਅਤਾ ਕਰ ਦਿੱਤੀਆਂ ਨੇ। ਸੁਬਹ ਹੋਈਏ,
ਇਹ ਵਜ਼ੀਰ ਆਪਣੀ ਡਿਊਟੀ ਤੇ ਆਪਣੀ ਨੌਕਰੀ ਦੀ ਕੁਰਸੀ ਤੇ ਜਾ ਬੈਠਾ ਏ। ਬਾਦਸ਼ਾਹ ਵੇਂਦਾ ਹੈਰਾਨ ਹੋ ਜਾਂਦਾ, ਪਰੇਸ਼ਾਨ ਹੋ ਜਾਂਦਾ ਏ। ਇਹ ਵਜ਼ੀਰ ਤੇ ਅੱਖਾਂ ਤੋਂ ਨਬੀਨਾ ਹੋ ਗਿਆ, ਇਹਨੂੰ ਤੇ ਕੁਝ ਦਿਸਦਾ ਕੋਈ ਨਹੀਂ। ਇਹਦੀਆਂ ਅੱਖਾਂ ਕਿਵੇਂ ਆ ਗਈਆਂ, ਇਹਨੂੰ ਅੱਖਾਂ ਕਿਵੇਂ ਮਿਲ ਗਈਆਂ ਨੇ? ਬਾਦਸ਼ਾਹ ਨੇ ਵਜ਼ੀਰ ਨੂੰ ਬੁਲਾਇਆ, ਕਹਿਣ ਲੱਗਾ, ਓਏ ਵਜ਼ੀਰ ਦੱਸ ਨਾ ਅੱਖਾਂ ਕਿੱਥੋਂ ਮਿਲੀਆਂ ਨੇ? ਓਏ ਮੈਂ ਗੱਪਾਂ ਨਹੀਂ ਮਾਰਦਾ, ਮੈਂ ਪੈਦਲ ਖਬਰਾਂ ਨਹੀਂ ਪੇ ਛੱਡਣਾ ਵਾ, ਲੋਕੋ ਆਮਿਰਾਂ ਦੇ ਲਾਲ ਦਾ ਫਰਮਾਨ ਸੁਣਾ ਰਿਹਾ ਵਾ, ਮੁਸਲਮ ਦੇ ਅਹਿਮਦ ਤੇ ਮੁਸਲਮ ਦੀ ਰਵਾਇਤ ਸੁਣਾ ਲੱਗਾ ਵਾ। ਓਏ ਮੈਂ ਆਪਣੇ ਕੋਲੋਂ ਕਿਸੇ ਕਹਾਣੀਆਂ ਨਹੀਂ ਸੁਣਾ ਰਿਹਾ, ਮੇਰੇ ਨਬੀ ਸਹਾਬਾ ਨੂੰ ਦੱਸਿਆ ਏ ਮੇਰੇ ਉਸ ਬੱਚੇ ਨੇ ਉਹ ਵਜ਼ੀਰ ਜਿਹੜਾ ਏ ਉਹਨੇ ਬਾਦਸ਼ਾਹ ਨੇ ਪੁੱਛਿਆ, ਵਜ਼ੀਰਾ ਦੱਸ ਅੱਖਾਂ ਕਿੱਥੋਂ ਲਈਆਂ ਏ, ਅੱਖਾਂ ਤੈਨੂੰ ਕਿੱਥੋਂ ਮਿਲੀਆਂ ਨੇ? ਵਜ਼ੀਰ ਕਹਿਣ ਲੱਗਾ, ਬਾਦਸ਼ਾਹ ਵਾ ਮੈਨੂੰ ਅੱਖਾਂ ਮੇਰੇ ਅੱਲਾ ਨੇ ਦਿੱਤੀਆਂ ਨੇ। ਬਾਦਸ਼ਾਹ ਕਹਿਣ ਲੱਗਾ ਕਿ ਮੈਂ ਰੱਬ ਵਾ, ਫਿਰ ਅੱਖਾਂ ਤੇ ਮੈਂ ਦਿੱਤੀਆਂ ਨੇ? ਵਜ਼ੀਰ ਕਹਿੰਦਾ ਨਹੀਂ 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 ਬਾਦਸ਼ਾਹ ਵਾ, ਮੈਨੂੰ ਅੱਖਾਂ ਨਹੀਂ ਦਿੱਤੀਆਂ, ਮੈਨੂੰ ਉਸ ਰੱਬ ਨੇ ਅੱਖਾਂ ਦਿੱਤੀਆਂ ਨੇ ਜਿਹੜਾ ਤੇਰਾ ਵੀ ਰੱਬ ਏ। ਲੋਕੋ ਜਿਹੜਾ ਦੀਨ ਤੇ ਆ ਜਾਏ, ਜਿਹੜਾ ਰੱਬ ਨੂੰ ਇੱਕ ਮੰਨ ਲਵੇ, ਕਿਸੇ ਤੋਂ ਨਹੀਂ ਜੇ ਡਰਦਾ। ਇਨਲਜ਼ੀਨਾ ਕਾਲੋ ਰੱਬੁਨੱਲਾ ਸਕਾਮੋ ਫਲਾ ਖੌਫੁਨ ਅਲੈਹਿਮ ਵਲਾ ਹੁਮ ਯਹਜ਼ਨੂਨ। ਉਹਨੂੰ ਕਿਸੇ ਕਿਸਮ ਦਾ ਖੌਫ ਖਤਰਾ ਨਹੀਂ ਰਹਿੰਦਾ। ਇਹ ਵਜ਼ੀਰ ਕਹਿਣ ਲੱਗਾ, ਬਾਦਸ਼ਾਹ ਜੀ ਤੁਸਾਂ ਅੱਖਾਂ ਨਹੀਂ ਦਿੱਤੀਆਂ, ਮੇਰੇ ਰੱਬ ਨੇ ਦਿੱਤੀਆਂ ਨੇ। ਇਹ ਆਂਦਾ ਕਿ ਰੱਬ ਤੇ ਮੈਂ ਵਾ, ਤੈਨੂੰ ਅੱਖਾਂ ਦੇਣ ਵਾਲਾ ਕੌਣ ਏ? ਵਜ਼ੀਰ ਆਂਦਾ ਇੱਕੋ ਹੀ ਅੱਲਾ ਏ, ਵਾਇਲਾਹੁਕੁਮ ਇਲਾਹੁਨ ਵਾਹਿਦ। ਉਹ ਇੱਕੋ ਹੀ ਅੱਲਾ ਏ, ਇੱਕੋ ਹੀ ਅੱਲਾ ਏ, ਇੱਕੋ ਹੀ ਰੱਬ ਜਿਹਨੇ ਅੱਖਾਂ ਦਿੱਤੀਆਂ ਨੇ। ਇਹ ਆਂਦਾ ਦੱਸ ਤੈਨੂੰ ਇਹ ਰੱਬ ਕਿੱਥੋਂ ਲੱਭਿਆ, ਤੈਨੂੰ ਇਹ ਦੀਨ ਕਿੱਥੋਂ ਮਿਲਿਆ? ਪੁੱਛਿਆ, ਦੱਸਿਆ, ਮਾਰਿਆ, ਕੁੱਟਿਆ, ਤਕਲੀਫਾਂ ਦਿੱਤੀਆਂ, ਚੱਲਦਿਆਂ ਚੱਲਦਿਆਂ ਪਤਾ ਲੱਗ ਗਿਆ, ਬੱਚੇ ਕੋਲੋਂ ਪਤਾ ਲੱਗਾ ਏ। ਉਹ ਬੱਚੇ ਨੇ ਅੱਖਾਂ ਮੈਨੂੰ ਰੱਬ ਦੇ ਕੋਲੋਂ ਦੁਆ ਕੀਤੀ, ਉਹ ਰੱਬ ਨੇ ਅੱਖਾਂ ਦਿੱਤੀਆਂ ਨੇ। ਬਾਦਸ਼ਾਹ ਚੱਲ ਕੇ ਉਸ ਬੱਚੇ ਕੋਲ ਗਿਆ, ਉਹ ਬੱਚਿਆ ਤੈਨੂੰ ਤੇ ਜਾਦੂ ਸਿਖਾਉਣ ਵਾਸਤੇ ਕੱਲਿਆ ਸੀ, ਉਹ ਬੱਚਿਆ ਤੈਨੂੰ ਤੇ ਜਾਦੂਗਰ ਬਣਾਉਣਾ ਸੀ, ਤੂੰ ਕਿਹੜੇ ਰੱਬ ਦੀਆਂ ਗੱਲਾਂ ਕਰਨਾ ਏ, ਤੂੰ ਕਿਹੜਾ ਰੱਬ ਰੱਬ ਲੈ ਕੇ ਫਿਰਨਾ ਏ, ਦੱਸ ਲੈ ਤੈਨੂੰ ਕਿੱਥੋਂ ਸਿੱਖਿਆ, ਤੈਨੂੰ ਦੀਨ ਦਾ ਕਿਵੇਂ ਪਤਾ ਲੱਗਿਆ? ਪਤਾ ਲੱਗਿਆ ਕਿ ਫਲਾਂ ਰਾਹਿਬ ਉਹਦੇ ਕੋਲੋਂ ਮੈਂ ਦੀਨ ਸਿੱਖਿਆ, ਉਹਦੇ ਕੋਲੋਂ ਮੈਨੂੰ ਇਹ ਦੀਨ ਮਿਲਿਆ। ਉਸ ਰਾਹਿਬ ਨੂੰ ਬੁਲਾਇਆ ਗਿਆ, ਇਹ ਬਾਦਸ਼ਾਹ ਕਹਿਣ ਲੱਗਾ, ਓਏ ਰਾਹਿਬ, ਓਏ ਬੱਚੇ ਤੇ ਵਜ਼ੀਰ, ਆਪਣੇ ਰੱਬ ਦਾ ਨਾਮ ਲੈਣਾ ਛੱਡ ਦਿਓ, ਵਰਨਾ ਮਾਰ ਦਿਆਂਗਾ, ਤਕਲੀਫਾਂ ਦਿਆਂਗਾ, ਵਰਨਾ ਪਰੇਸ਼ਾਨੀਆਂ ਤੇ ਦੁੱਖਾਂ ਦਾ ਸਾਹਮਣਾ ਕਰਨਾ ਪਵੇਗਾ। ਰਾਹਿਬ ਕਹਿਣ ਲੱਗਾ, ਬਾਦਸ਼ਾਹ ਮਾਰ ਨਹੀਂ ਤੇ ਮਾਰ ਦੇ, ਪਰ ਦੀਨ ਵਾਲਾ ਰੰਗ ਚੜਿਆ ਨਹੀਂ ਲੈ ਸਕਦਾ, ਮਾਰ ਨਹੀਂ ਤੇ ਮਾਰ ਦੇ, ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਲੋਕ ਅਸੀਂ ਉਸ ਰਾਹਿਬ ਦੇ ਸਿਰ ਅੰਦਰ ਆਰਾ ਰੱਖ ਕੇ ਚੀਰ ਦਿੱਤਾ ਗਿਆ, ਉਹਦੇ ਸਿਰ ਅੰਦਰ ਆਰਾ ਰੱਖ ਕੇ ਦੁੱਲ ਫੜ ਕੀਤਾ ਗਿਆ। ਜੁਰਮ ਕੀ ਏ ਕਿ ਅੱਲਾ ਇੱਕ ਏ, ਜੁਰਮ ਕੀ ਏ ਕਿ ਅੱਲਾ ਇਕੱਲਾ ਏ। ਉਹਨੂੰ ਮਾਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ, ਉਹ ਵਜ਼ੀਰ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ, ਉਹ ਬੱਚੇ ਦੀਆਂ ਵਾਰੀਆਂ ਆ ਗਈਆਂ। ਬਾਦਸ਼ਾਹ ਕਹਿਣ ਲੱਗਾ, ਬੱਚੇ ਮੈਨੂੰ ਤੇਰੀਆਂ ਬੜੀਆਂ ਲੋੜਾਂ ਨੇ, ਮੈਨੂੰ ਤੇਰੀਆਂ ਬੜੀਆਂ ਜ਼ਰੂਰਤਾਂ ਨੇ, ਮੈਂ ਬੜੀ ਮੁਸ਼ਕਲ ਨਾਲ ਤੈਨੂੰ ਜਾਦੂ ਸਿਖਾਇਆ, ਮੈਂ ਬੜੀ ਮੁਸ਼ਕਲ ਨਾਲ ਤੈਨੂੰ ਜਾਦੂਗਰ ਬਣਾਇਆ, ਮੈਨੂੰ ਤੇਰੀਆਂ ਬੜੀਆਂ ਲੋੜਾਂ ਨੇ, ਬਾਹਰ ਆ ਜਾ ਵਰਨਾ ਤੈਨੂੰ ਵੀ ਮਾਰ ਦਿਆਂਗਾ। ਬੱਚਾ ਕਹਿਣ ਲੱਗਾ, ਬਾਦਸ਼ਾਹ ਮਾਰ ਨਹੀਂ ਤੇ ਮਾਰ ਦੇ, ਪਰ ਇਹ ਤੋਹੀਦ ਵਾਲਾ ਰੰਗ ਨਹੀਂ ਲਵੇਗਾ, ਇਹ ਤੋਹੀਦ ਵਾਲਾ ਮਿਸ਼ਨ ਨਹੀਂ ਛੁੱਟ ਸਕਦਾ, ਰੱਬ ਇਹ ਵੀ ਇਹ ਰੱਬ ਨਹੀਂ ਹੋ ਸਕਦਾ। ਇਹ ਆਪਣੇ ਫੌਜੀ ਬੁਲਾ ਲੈਂਦਾ, ਆਪਣੇ ਸਿਪਾਹੀ ਬੁਲਾ ਲੈਂਦਾ, ਆਂਦਾ ਇਸ ਬੱਚੇ ਨੂੰ ਫੜੋ ਤੇ ਉੱਚੇ ਪਹਾੜ ਤੇ ਲੈ ਜਾਓਨਾ। ਓਏ ਫਤਿਆਨਿਆਂ ਵਾਲਿਆ, ਅੱਲਾ ਦਾ ਵਾਸਤਾ ਹੀ ਮੇਰੇ ਵੱਲ ਵੇਖੀ, ਮੇਰੀ ਗੱਲ ਨੂੰ ਤਵੱਜੋ ਨਾਲ ਸੁਣੀ ਨਾ। ਇਹ ਬੱਚੇ ਨੂੰ ਤੇ ਆਪਣੇ ਸਿਪਾਹੀਆਂ ਨੂੰ ਕਹਿਣ ਲੱਗਾ, ਇਸ ਬੱਚੇ ਨੂੰ ਫੜ ਲਵੋ ਨਾ, ਉੱਚੇ ਪਹਾੜ ਤੇ ਲੈ ਜਾਓ, ਉੱਥੇ ਪਹਾੜ ਤੇ ਇਹਦੇ ਕੋਲੋਂ ਜਾ ਕੇ ਪੁੱਛ ਲਿਆ ਜੇ ਅਗਰ ਆਪਣਾ ਦੀਨ ਛੱਡ ਜਾਵੇ, ਅਗਰ ਆਪਣੇ ਦੀਨ ਤੋਂ ਬਾਹਰ ਆ ਜਾਏ, ਇਹਨੂੰ ਵਾਪਸ ਲੈ ਆਇਆ ਜੇ।
ਆਵੇ, ਅਗਰ ਬਾਜ਼ ਨਾ ਆਵੇ ਉੱਥੋਂ ਧੱਕਾ ਦੇ ਕੇ ਇਹਨੂੰ ਵੀ ਮਾਰ ਦਿਆ ਜੇ। ਇਹਨਾਂ ਸਿਪਾਹੀਆਂ ਲਿਆ ਤੇ ਪਹਾੜ ਤੇ ਚਲੇ ਗਏ ਨੇ। ਉੱਥੇ ਜਾ ਕੇ ਕਹਿਣ ਲੱਗੇ, ਉਹ ਬੱਚਿਆ ਦੱਸ ਆਪਣੇ ਦੀਨ ਤੋਂ ਬਾਜ਼ ਆਉਣਾ ਕਿ ਨਹੀਂ ਆਉਣਾ, ਦੱਸ ਆਪਣੇ ਦੀਨ ਤੋਂ ਫਿਰਨਾ ਹੀ ਕਿ ਨਹੀਂ ਫਿਰਨਾ, ਸਾਡੇ ਬਾਦਸ਼ਾਹ ਨੂੰ ਰੱਬ ਮੰਨਣਾ ਹੀ ਕਿ ਨਹੀਂ ਮੰਨਣਾ। ਬੱਚਾ ਕਹਿਣ ਲੱਗਾ, ਆਪਣੇ ਰੱਬ ਨੂੰ ਹੀ ਰੱਬ ਮੰਨਾਂਗਾ, ਅੱਲਾ ਤੋਂ ਇਲਾਵਾ ਕੋਈ ਨਹੀਂ। ਵਾਈ ਲਾਹੁਕੁਮ ਇਲਾਹੁਮ ਵਾਹਿਦ, ਉਹ ਅੱਲਾ ਕੱਲਾ ਹੀ ਹੈ, ਉਹਦੇ ਸ਼ਰੀਕ ਨੂੰ ਮੈਂ ਨਹੀਂ ਮੰਨਾਂਗਾ। ਇਹ ਕਹਿਣ ਲੱਗੇ, ਫਿਰ ਇਹਨੂੰ ਧੱਕਾ ਦਿਓ ਤੇ ਮਾਰ ਦਿਓ। ਬੱਚਾ ਕਹਿਣ ਲੱਗਾ, ਇੱਕ ਮਿੰਟ ਦੀ ਮੈਨੂੰ ਮੁਹਲਤ ਦੇ ਦੇਵੋ, ਮੈਨੂੰ ਵੀ ਆਪਣੇ ਰੱਬ ਨਾਲ ਗੱਲ ਕਰ ਲੈਣ ਦਿਓ। ਇਹ ਉਹਦੇ ਨੇ ਜਾ ਆਪਣੇ ਰੱਬ ਨਾਲ ਗੱਲ ਕਰ ਲੈਣ, ਇੱਕ ਮਿੰਟ ਦੀ ਕਿਹੜੀ ਗੱਲ ਹੈ। ਬੱਚੇ ਨੇ ਹੱਥ ਚੁੱਕ ਪ੍ਰਚਾਰ ਕਰਨਾ ਵਾ, ਮੈਂ ਤੇਰੇ ਦੀਨ ਦਾ ਐਲਾਨ ਕਰਨਾ ਵਾ। ਆਂਦਾ ਕੀ ਏ, ਅੱਲਾਹੁਮਾ ਅਵਨੀ ਬਿਹਿਮ ਬਿਮਾ ਸ਼ੇਤਾ, ਅੱਲਾਹੁਮਾ ਅਵਨੀ ਬਿਹਿਮ ਬਿਮਾ ਅੱਲਾ, ਜਿਵੇਂ ਨਹੀਂ ਬਚਾ ਸਕਦਾ ਮੈਨੂੰ ਬਚਾ ਲੈ। ਉਹ ਲੋਕੋ, ਅੱਲਾ ਦੀ ਕਸਮ ਏ, ਬੱਚੇ ਦੇ ਹੱਥ ਅਜੇ ਥੱਲੇ ਨਹੀਂ ਆਏ, ਪਹਾੜ ਅੰਦਰ ਜ਼ਲਜ਼ਲਾ ਆ ਗਿਆ, ਪਹਾੜ ਅੰਦਰ ਕੱਪ ਕੱਪੀ ਤਾਰੀ ਹੋ ਗਈ, ਇਹ ਫੌਜੀ ਸਾਰੇ ਮਰ ਗਏ, ਬੱਚਾ ਸਲਾਮਤ ਰਹਿ ਗਿਆ। ਦੇਖੋ ਜੀ, ਸਾਰੇ ਮਰ ਗਏ ਪਰ ਬੱਚੇ ਨੂੰ ਕੁਝ ਵੀ ਨਹੀਂ ਹੋਇਆ। ਫਿਰ ਇੱਥੇ ਮੈਨੂੰ ਯਜ਼ਦਾਨੀ ਸ਼ਹੀਦ ਯਾਦ ਆ ਗਿਆ, ਅੱਲਾ ਸੁਵਲੀ ਦੀ ਕਬਰ ਤੇ ਕਰੋੜਾਂ ਰਹਿਮਤਾਂ ਫਰਮਾਏ। ਆਂਦੇ ਹੁੰਦੇ ਸੀ ਨਾ, ਡਿੱਗ ਪਹਿਲਾਂ ਸਮਾਨ ਤੋਂ ਨਹੀਂ ਮਰਦਾ, ਡਿੱਗ ਪਹਿਲਾਂ ਸਮਾਨ ਤੋਂ ਨਹੀਂ ਮਰਦਾ, ਬੂਟਾ ਰਿਜ਼ਕ ਦਾ ਅਜੇ ਜੁਦਾ ਹਰਿਆ ਹੋਵੇ, ਉਹਨੂੰ ਦਰਿਆ ਵੀ ਕਦੀ ਨਹੀਂ ਰੋੜਦੇ ਨੇ। ਹੱਥ ਕੁਦਰਤ ਨੇ ਜਿਸ ਦਾ ਫੜਿਆ ਹੋਏ, ਅੱਖਾਂ ਫੇਰ ਜਾਂਦੇ ਕਈ ਯਾਰ ਬੇਲੀ, ਅੱਖਾਂ ਫੇਰ ਜਾਂਦੇ ਕਈ ਯਾਰ ਬੇਲੀ, ਵੇਲਾ ਔਖਾ ਜਦ ਜਿੰਦ ਤੇ ਬਣਿਆ ਹੋਵੇ, ਖੰਜਰ ਇੱਕ ਵਜੇ ਪਵੇ ਲੱਖ ਵਜੇ, ਯਜ਼ਦਾਨੀ ਮਰਦਾ ਨਹੀਂ ਜੇ ਰੱਬੋ ਨਾਲ ਮਰਿਆ ਹੋਵੇ। ਲੋਕੋ ਗੱਜ ਕੇ ਬੋਲੋ, ਬਚਾਉਣ ਵਾਲਾ ਕੌਣ ਏ? ਇਹ ਬੱਚਾ ਸਲਾਮਤ ਬਚ ਗਿਆ ਏ, ਜਿਹਨੂੰ ਮਾਰਨ ਗਏ ਨੇ ਉਹ ਠੀਕ ਠਾਕ ਏ, ਮਾਰਨ ਵਾਲੇ ਸਾਰੇ ਮਿਟ ਗਏ, ਮਾਰਨ ਵਾਲੇ ਸਾਰੇ ਖਤਮ ਹੋ ਗਏ ਨੇ। ਬੱਚਾ ਪਹਾੜ ਤੋਂ ਥੱਲੇ ਲੱਥਾ ਏ, ਬੱਚਾ ਉਤਰਿਆ ਤੇ ਸਿੱਧਾ ਬਾਦਸ਼ਾਹ ਦੇ ਕੋਲ ਚਲਾ ਗਿਆ। ਜਾ ਕੇ ਆਂਦਾ, ਬਾਦਸ਼ਾਹ ਜੀ ਮੈਂ ਆ ਗਿਆ ਵਾਂ। ਬਾਦਸ਼ਾਹ ਕਹਿਣ ਲੱਗਾ, ਬੱਚਿਆ ਕਿਵੇਂ ਆ ਗਿਆ ਏ? ਓਏ ਬੱਚਿਆ, ਦੱਸ ਨਾ, ਤੂੰ ਤੇ ਮਾਰਨ ਵਾਸਤੇ ਤੈਨੂੰ ਲੈ ਕੇ ਗਿਆ ਨੇ, ਤੂੰ ਕਿਵੇਂ ਬਚ ਕੇ ਆ ਗਿਆ ਏ? ਇਹ ਬੱਚਾ ਕਹਿਣ ਲੱਗਾ, ਮੈਨੂੰ ਮੇਰੇ ਅੱਲਾ ਨੇ ਬਚਾ ਲਿਆ ਏ। ਬੋਲੋ, ਜੇ ਅੱਲਾ ਬਚਾਉਣਾ ਚਾਹੇ ਕੋਈ ਵਾਰ ਵੀ ਵਿੰਗਾ ਨਹੀਂ ਜੇ ਕਰ ਸਕਦਾ, ਜੇ ਅੱਲਾ ਮਾਰਨਾ ਚਾਹੇ ਕੋਈ ਬਚਾ ਨਹੀਂ ਸਕਦਾ। ਇਹ ਬੱਚਾ ਆਂਦਾ, ਮੈਨੂੰ ਮੇਰੇ ਅੱਲਾ ਨੇ ਬਚਾ ਲਿਆ ਏ। ਇਹਨੇ ਫਿਰ ਆਪਣੇ ਵਾਵਾ ਸਾਰੇ ਸਿਪਾਹੀ ਬੁਲਾ ਲੈ, ਇਹਨੇ ਵਾਵਾ ਸਾਰੇ ਫੌਜੀ ਬੁਲਾ ਲੈ ਨੇ। ਆਂਦਾ, ਇਹਨੂੰ ਸਮੁੰਦਰ ਦੇ ਅੰਦਰ ਲੈ ਜਾਓ, ਦਰਿਆ ਅੰਦਰ ਲੈ ਜਾਓ, ਇਹਨੂੰ ਕਸ਼ਤੀ ਦੇ ਅੰਦਰ ਬਿਠਾ ਕੇ ਇਹਨੂੰ ਆਪਣੇ ਦੀਨ ਤੋਂ ਹਟਣ ਦੀ ਦਾਵਤ ਦੇ ਆ ਜੇ, ਮੰਨ ਜਾਏ ਤੇ ਵਾਪਸ ਲੈ ਆਇਆ ਜੇ, ਨਹੀਂ ਤੇ ਸਮੁੰਦਰ ਅੰਦਰ ਧੱਕਾ ਦੇ ਦਿਆ ਜੇ, ਡੁੱਬ ਕੇ ਮਰ ਜਾਏਗਾ। ਇਹ ਸਿਪਾਹੀ ਤੇ ਫੌਜੀ ਲੈ ਕੇ ਚਲੇ ਗਏ ਨੇ। ਜਦੋਂ ਸਮੁੰਦਰ ਦੇ ਅੰਦਰ ਬੈਠੇ ਨੇ, ਕਸ਼ਤੀ ਸਮੁੰਦਰ ਦੇ ਵਿਚਕਾਰ ਪਹੁੰਚੀ ਏ, ਇਹ ਫੌਜੀ ਤੇ ਸਿਪਾਹੀ ਕਹਿਣ ਲੱਗੇ, ਬੱਚੇ ਆਪਣੇ ਦੀਨ ਤੋਂ ਬਾਹਰ ਆ ਜਾ। ਇਹ ਬੱਚਾ ਕਹਿਣ ਲੱਗਾ, ਅੱਲਾ ਕੱਲਾ ਹੀ ਏ, ਮੈਂ ਨਹੀਂ ਹਟਾਂਗਾ, ਮੈਂ ਨਹੀਂ ਬਚਾਂਗਾ, ਤੂੰ ਮਾਰ ਲੈ ਤੇ ਮਾਰ ਦਿਓ। ਇਹ ਆਂਦੇ ਨੇ, ਮਰਨ ਲਈ ਤਿਆਰ ਹੋ ਜਾ। ਬੱਚਾ ਆਂਦਾ, ਇੱਕ ਮਿੰਟ ਦਿਓ, ਰੱਬ ਨਾਲ ਗੱਲ ਕਰ ਲੈਣ ਦਿਓ, ਮੈਨੂੰ ਆਪਣੇ ਅੱਲਾ ਨਾਲ ਕਾਲਾ ਮਿਲਾ ਲੈਣ ਦਿਓ। ਆਂਦੇ ਨੇ, ਜਾ ਗੱਲ ਕਰ ਲੈ। ਬੱਚੇ ਨੇ ਹੱਥ ਚੁੱਕੇ ਨੇ, ਆਂਦਾ ਏ, ਅੱਲਾਹੁਮਾ ਅਵਨੀਹਿਮ ਬਿਮਾ ਸ਼ੇਤਾ, ਅੱਲਾ ਮੈਨੂੰ ਇਹਨਾਂ ਕੋਲੋਂ ਬਚਾ ਲੈ, ਜਿਵੇਂ ਵੀ ਬਚਾਉਣਾ ਈ, ਅੱਲਾ ਮੈਨੂੰ ਬਚਾ ਲੈ। ਕਾਬਾ ਤੇ ਰੱਬ ਦੀ ਕਸਮ ਏ, ਉਸੇ ਵੇਲੇ ਸਮੁੰਦਰ ਅੰਦਰ
ਤਵੀਆਨੀਆਂ ਨੇ, ਸਮੁੰਦਰ ਦੀਆਂ ਲਹਿਰਾਂ ਠਾਠਾ ਮਾਰ ਕੇ ਉੱਠੀਆਂ ਨੇ। ਉਹ ਕਸ਼ਤੀ ਫੀਤੀ ਫੀਤੀ ਹੋ ਗਈ ਹੈ, ਉਹ ਕਸ਼ਤੀ ਸਾਰੀ ਭੱਜ ਟੁੱਟ ਗਈ ਹੈ। ਇੱਕ ਫੱਟਾ ਬਚਿਆ, ਉਹਦੇ ਤੋਂ ਬੱਚਾ ਬਹਿ ਗਿਆ, ਬਾਕੀ ਸਿਪਾਹੀ ਮਰ ਗਿਆ, ਬਾਕੀ ਫੌਜੀ ਡੁੱਬ ਕੇ ਹਲਾਕ ਹੋ ਗਿਆ। ਇਹ ਬੱਚੇ ਦਾ ਫੱਟਾ ਚੱਲਦਿਆਂ ਚੱਲਦਿਆਂ ਕਿਨਾਰੇ ਦੇ ਨਾਲ ਆ ਲੱਗਾ ਹੈ। ਫਿਰ ਚੱਲ ਕੇ ਬਾਦਸ਼ਾਹ ਕੋਲ ਪਹੁੰਚ ਗਿਆ, ਆਂਦਾ ਬਾਦਸ਼ਾਹ ਮੈਂ ਆ ਗਿਆ ਵਾ। ਬਾਦਸ਼ਾਹ ਆਂਦਾ ਤੈਨੂੰ ਤੇ ਮਾਰਨ ਲਈ ਕੱਲਿਆ ਸੀ, ਬੱਚਾ ਆਂਦਾ ਮੈਨੂੰ ਮੇਰੇ ਅੱਲਾ ਨੇ ਬਚਾ ਲਿਆ ਏ। ਗੱਜ ਕੇ ਬੋਲੋ, ਬਚਾਉਣ ਵਾਲਾ ਕੌਣ ਏ? ਫਿਰ ਮੈਂ ਕਿਉਂ ਨਾ ਕਹਿ ਦੇਵਾਂ, ਓਏ ਅੱਲਾ ਬਾਜੋਂ ਕੋਈ ਨਹੀਂ ਮਾਰ ਸਕਦਾ, ਅੱਲਾ ਬਾਜੋਂ ਕੋਈ ਨਹੀਂ ਮਾਰ ਸਕਦਾ, ਕੋਈ ਡੁੱਬੀਆਂ ਬੇੜੀਆਂ ਨਹੀਂ ਤਾਰ ਸਕਦਾ, ਕੋਈ ਵਿਗੜੇ ਕੰਮ ਨਹੀਂ ਸੰਵਾਰ ਸਕਦਾ, ਸਭ ਨਬੀ ਵਲੀ ਲਾਚਾਰ ਇੱਕ ਦਿਨ ਮਰ ਜਾਏਗੀ, ਅੱਲਾ ਬਾਜਨ ਗੈਰ ਪੁਕਾਰਨੀ ਇੱਕ ਦਿਨ ਮਰ ਜਾਏਗੀ। ਓਏ ਲੋਗੋ, ਇਸ ਬੱਚੇ ਵਾਸਤੇ ਮੌਲਵੀ ਅਬਦੁਲ ਉਸਤਾਦ ਮਰਹੂਮ ਰਹਿਮਤੁੱਲਾ ਅਲੈਹ ਨੇ ਆਪਣਾ ਕਲਮ ਖਿੱਚਿਆ ਤੇ ਕੀ ਆਂਦੇ ਨੇ, ਸੁਣ ਕਰ ਹੁਕਮ ਸਿਪਾਹੀਆ ਤੇ ਲੜਕਾ ਕਸ਼ਤੀ ਪਕੜ ਬਿਠਾਇਆ। ਸੁਣ ਕਰ ਹੁਕਮ ਸਿਪਾਹੀਆ ਤੇ ਲੜਕਾ ਕਸ਼ਤੀ ਪਕੜ ਬਿਠਾਇਆ, ਜਾਂ ਵਿੱਚ ਕਾੜ ਗਏ ਦਰਿਆ ਤੇ ਲੜਕੇ ਆਖ ਸੁਣਾਇਆ, ਅੱਲਾਹੁਮਾ ਅਵਨੀ ਬਿਹਿਮ, ਅੱਲਾਹੁਮਾ ਅਵਨੀ ਹਿਮ ਬਿਮਾ ਸ਼ੇਤਾ। ਅੱਲਾ ਦਾ ਨਾਂ ਲਿਆ ਏ ਉਸ ਵੇਲੇ ਅਮਰ ਇਲਾਹੀ ਵਿੱਚ ਦਰਿਆ ਤੇ ਕਸ਼ਤੀ ਫੱਟੀ ਹੋਈ। ਅਮਰ ਆਂਦੇ ਨੇ ਅੱਲਾ ਦੇ ਹੁਕਮ ਨੂੰ, ਅਮਰ ਇਲਾਹੀ ਵਿੱਚ ਦਰਿਆ ਤੇ ਕਸ਼ਤੀ ਫੱਟੀ ਹੋਈ। ਗਰਕ ਕੀਤੇ ਰੱਬ ਦੁਸ਼ਮਣ ਸਾਰੇ ਤੇ ਦੇਰ ਨਾ ਲੱਗੀ ਕੋਈ, ਬੇਨੁਕਸਾਨ ਸਲਾਮਤ ਲੜਕਾ ਤੇ ਖੈਰੀ ਬਾਹਰ ਆਇਆ। ਸਾਡੇ ਪਾਸ ਹੋਇਆ ਹਾਰ ਤੇ ਦਰਾ ਲਗਮ ਖਾਇਆ, ਬੱਚਾ ਅੱਲਾ ਇਸ ਬਾਦਸ਼ਾਹ ਦੇ ਕੋਲ ਫਿਰ ਪਹੁੰਚਿਆ। ਬਾਦਸ਼ਾਹ ਹੈਰਾਨ ਹੋ ਗਿਆ, ਇਹਦਾ ਦਿਨ ਕਿਵੇਂ ਖਤਮ ਹੋਵੇਗਾ, ਇਹਨੂੰ ਮੈਂ ਕਿਵੇਂ ਮਿਟਾ ਸਕਦਾ ਵਾ। ਬੱਚਾ ਕਹਿਣ ਲੱਗਾ, ਬਾਦਸ਼ਾਹ ਵਾ ਹੁਣ ਲੱਖ ਹਰਦੇ ਕਰ ਲੈ, ਹੁਣ ਲੱਖ ਤਰਦ ਵੀਰਾ ਕਰ ਲੈ, ਮੇਰਾ ਵਾਲ ਵੀ ਵਿੰਗਾ ਨਹੀਂ ਉਹ ਕਰ ਸਕਦਾ, ਮੈਨੂੰ ਤੂੰ ਨਹੀਂ ਉਹ ਮਾਰ ਸਕਦਾ ਜਿੰਨੀ ਦੇਰ ਤੱਕ ਮੇਰਾ ਰੱਬ ਨਾ ਚਾਹੇ, ਉਨੀ ਦੇਰ ਤੱਕ ਤੂੰ ਮੇਰਾ ਕੁਝ ਨਹੀਂ ਉਹ ਕਰ ਸਕਦਾ। ਇਹ ਬਾਦਸ਼ਾਹ ਕਹਿਣ ਲੱਗਾ, ਫਿਰ ਕੀ ਕਰਨਾ ਚਾਹੀਦਾ ਏ? ਬੱਚਾ ਕਹਿਣ ਲੱਗਾ, ਮੈਂ ਤੈਨੂੰ ਦੱਸਣਾ ਵਾ, ਅਗਰ ਮੇਰੇ ਹੱਥੇ ਲੱਗ ਕੇ ਮੈਨੂੰ ਮਾਰੇਗਾ ਫਿਰ ਮੈਂ ਮਰ ਜਾਵਾਂਗਾ, ਫਿਰ ਮੈਂ ਖਤਮ ਹੋ ਜਾਵਾਂਗਾ। ਇਹ ਬਾਦਸ਼ਾਹ ਕਹਿਣ ਲੱਗਾ, ਦੱਸ ਕਿਵੇਂ ਕਰਨਾ ਚਾਹੀਦਾ ਏ? ਇਹ ਬੱਚਾ ਕਹਿਣ ਲੱਗਾ, ਬਾਦਸ਼ਾਹ ਵਾ ਇੱਕ ਖਜੂਰ ਦਾ ਤਣਾ ਹੋਵੇ, ਉਹਦੇ ਨਾਲ ਮੈਨੂੰ ਬੰਨ ਦਿੱਤਾ ਜਾਏ, ਉਸ ਤਣੇ ਦੇ ਨਾਲ ਬੰਨ ਕੇ ਤੇ ਤੀਰ ਵੀ ਮੇਰਾ ਹੋਵੇ, ਕਮਾਨ ਵੀ ਮੇਰੀ ਹੋਵੇ, ਮੇਰਾ ਤੀਰ ਮੇਰੀ ਕਮਾਨ ਚਲਾ ਕੇ ਤੇ ਇੱਕ ਗੱਲ ਕਰਕੇ ਛੱਡਿਆ ਜਾਏ ਮੈਂ ਮਰ ਜਾਵਾਂਗਾ। ਉਹ ਗੱਲ ਕਿਹੜੀ ਏ? ਬਿਸਮਿਲਲਾਹੀ ਰੱਬੀ ਹਾਜ਼ਰ ਗੁਲਾਮ, ਉਸ ਅੱਲਾ ਦੇ ਨਾਂ ਤੋਂ ਮੈਂ ਤੀਰ ਮਾਰਨ ਲੱਗਾ ਵਾ ਜਿਹੜਾ ਇਸ ਗੁਲਾਮ ਇਸ ਬੱਚੇ ਦਾ ਰੱਬ ਏ, ਜਿਹੜਾ ਇਸ ਬੱਚੇ ਨੂੰ ਪਾਲਣ ਵਾਲਾ ਏ, ਉਹਦੇ ਨਾਂ ਤੋਂ ਤੀਰ ਛੱਡਣ ਲੱਗਾ ਵਾ। ਬਾਦਸ਼ਾਹ ਕਹਿਣ ਲੱਗਾ, ਠੀਕ ਏ ਅਸੀਂ ਐਵੇਂ ਕਰ ਲੈਂਦੇ ਹਾਂ। ਬੱਚਾ ਕਹਿਣ ਲੱਗਾ, ਮੇਰੀ ਇੱਕ ਸ਼ਰਤ ਏ, ਪੂਰੀ ਦੁਨੀਆਂ ਦੇ ਲੋਕਾਂ ਨੂੰ ਇਕੱਠਾ ਕਰ ਲੈ, ਸਾਰੇ ਬੁੜੀਆਂ ਤੇ ਬੰਦੇ ਸੱਦ ਲੈ, ਤੇ ਮਰਦ ਵੀ ਆਏ ਤੇ ਔਰਤਾਂ ਵੀ ਆਈਆਂ, ਸਾਰੇ ਸ਼ਹਿਰ ਦੇ ਲੋਕ ਇਕੱਠੇ ਹੋ ਗਏ, ਵਿਚਕਾਰ ਖਜੂਰ
ਜ਼ਰੂਰ ਦਾਤਾ ਨਾਇਮ ਬੱਚੇ ਨੂੰ ਉਹਦੇ ਨਾਲ ਬੰਨ ਦਿੱਤਾ ਗਿਆ ਏ। ਬਾਦਸ਼ਾਹ ਦੀਆਂ ਲੱਖ ਤਦਬੀਰਾਂ ਹੋਈਆਂ ਨਾਕਾਮ ਹੋ ਗਈਆਂ, ਹੁਣ ਬੱਚੇ ਦੀ ਤਦਬੀਰ ਨਾਲ ਬੱਚੇ ਨੂੰ ਮਾਰਿਆ ਜਾ ਰਿਹਾ ਹੈ। ਬਾਦਸ਼ਾਹ ਦੇ ਨਾਲ ਸਾਰੇ ਲੋਕ ਵੇਖਦੇ ਪਏ ਨੇ। ਜਦੋਂ ਇਹ ਬਾਦਸ਼ਾਹ ਨੇ ਇੰਜ ਕਰਕੇ ਤੀਰ ਛੱਡਣ ਲੱਗਾ, ਬੱਚਾ ਕਹਿਣ ਲੱਗਾ ਇਸ ਕੰਨ ਪੱਟੀ ਤੇ ਮੈਨੂੰ ਤੀਰ ਮਾਰੀ ਫਿਰ ਮੈਂ ਮਰ ਜਾਵਾਂਗਾ। ਸੱਜੇ ਪਾਸੇ ਕੰਨ ਪੱਟੀ ਤੇ ਤੀਰ, ਬਾਦਸ਼ਾਹ ਕਹਿਣ ਲੱਗਾ ਬਿਸਮਿਲ੍ਲਾਹਿ ਰੱਬੀ ਹਾਜ਼ਲ ਗੁਲਾਮ। ਅੱਲਾ ਦਾ ਨਾਂ ਲੈ ਕੇ ਤੀਰ ਛੱਡਿਆ। ਆਮੀਨਾ ਦੇ ਲਾਲ ਫਰਮਾਉਂਦੇ ਨੇ ਉਸ ਬੱਚੇ ਨੇ ਸੱਜੀ ਕੰਨ ਪੱਟੀ ਤੇ ਤੀਰ ਵੱਜਦਾ ਏ, ਉਹਦਾ ਖੂਨ ਨਿਕਲ ਪਿਆ। ਜਿੱਥੇ ਤੀਰ ਵੱਜਿਆ ਬੱਚਾ ਆਪਣਾ ਹੱਥ ਰੱਖ ਲੈਂਦਾ ਏ, ਹੌਲੀ ਹੌਲੀ ਬੱਚੇ ਦੀ ਜਾਨ ਨਿਕਲ ਜਾਂਦੀ ਏ। ਜਦੋਂ ਇਹ ਮਾਮਲਾ ਪੂਰੀ ਦੁਨੀਆ ਨੇ ਵੇਖਿਆ ਤੇ ਆਖਣ ਲੱਗੀ ਆਮਨਾ। ਬਾਦਸ਼ਾਹ ਵਾ, ਅਸੀਂ ਵੀ ਉਸ ਬੱਚੇ ਦੇ ਰੱਬ ਤੇ ਈਮਾਨ ਲੈ ਆਏ ਆ, ਅਸੀਂ ਵੀ ਉਹਦੇ ਰੱਬ ਨੂੰ ਮੰਨ ਲਿਆ ਏ, ਅਸੀਂ ਵੀ ਉਹਦੇ ਤੇ ਈਮਾਨ ਲੈ ਆਏ ਆ। ਬਾਦਸ਼ਾਹ ਕਹਿਣ ਲੱਗਾ ਏ ਵਜ਼ੀਰੋ ਮਸ਼ੀਰੋ, ਮੰਮੀ ਪਾਗਲ ਤੇ ਤੁਸੀਂ ਵੀ ਪਾਗਲ, ਮੰਮੀ ਬੇਅਕਲ ਤੇ ਤੁਸੀਂ ਵੀ ਬੇਅਕਲ। ਸਾਨੂੰ ਪਤਾ ਨਹੀਂ ਲੱਗਾ ਬੱਚਾ ਆਪਣਾ ਕੰਮ ਵਿਖਾ ਗਿਆ ਏ, ਸਾਨੂੰ ਪਤਾ ਨਹੀਂ ਲੱਗਾ ਬੱਚਾ ਆਪਣਾ ਦਰਸ ਦੇ ਗਿਆ ਏ। ਉਹਦੇ ਤਰਤ ਤਦਬੀਰ ਦੇ ਨਾਲ ਅਸੀਂ ਤੇ ਇੱਕ ਨੂੰ ਮਾਰਨਾ ਚਾਹੁੰਦੇ ਸਾਂ, ਇਹ ਸਾਰੇ ਲੋਕ ਹੀ ਮੁਸਲਮਾਨ ਹੋ ਗਏ ਨੇ, ਹੁਣ ਕੀ ਕੀਤਾ ਜਾਵੇ। ਬਾਦਸ਼ਾਹ ਨੇ ਖੰਡਕਾਂ ਖਟਵਾ ਦਿੱਤੀਆਂ, ਖੰਡਕਾਂ ਖਟੀਆਂ ਗਈਆਂ ਨੇ, ਲੋਕੋ ਅੱਗ ਦੇ ਗੜੇ ਖੋਦੇ ਗਏ ਨੇ, ਉਹਨਾਂ ਵਿੱਚ ਅੱਗ ਪਾਲੀ ਗਈ, ਅੱਗ ਜਲਾਈ ਗਈ ਹੈ। ਇਵੇਂ ਸਮਝੋ ਜਿਵੇਂ ਟੂਵਲ ਦਾ ਖੂਹ ਬਣਾਇਆ ਜਾਂਦਾ ਹੈ, ਟੂਵਲ ਦੇ ਖੂਹ ਤਰ੍ਹਾਂ ਖੰਡਕਾਂ ਖੋਦੀਆਂ ਗਈਆਂ, ਖੰਡਕਾਂ ਖੋਲ ਕੇ ਉਹਦੇ ਅੰਦਰ ਅੱਗ ਜਲਾਈ ਜਲਾਈ ਗਈ ਹੈ, ਲੋਕੋ ਖੰਡਕ ਦੇ ਅੰਦਰ ਅੱਗ ਨੂੰ ਭਰ ਦਿੱਤਾ ਗਿਆ ਏ। ਇਹ ਬਾਦਸ਼ਾਹ ਨੇ ਆਰਡਰ ਜਾਰੀ ਕਰ ਦਿੱਤਾ, ਜਿਹੜਾ ਇੱਕ ਰੱਬ ਦਾ ਨਾਂ ਲੈਣ ਵਾਲਾ ਹੋਏ ਉਹਨੂੰ ਫੜ ਫੜ ਕੇ ਅੱਗ ਅੰਦਰ ਸੁੱਟਿਆ ਜਾਏ, ਉਹਨੂੰ ਫੜ ਫੜ ਕੇ ਖੰਦਕਾਂ ਅੰਦਰ ਸੁੱਟਿਆ ਜਾਏ, ਤੇ ਜਿਹੜਾ ਮੈਨੂੰ ਮੰਨ ਲਵੇ ਉਹਨੂੰ ਛੱਡ ਦਿਆ ਜੇ। ਲੋਕ ਆਪੇ ਛਾਲਾ ਮਾਰੀ ਜਾ ਰਹੇ ਨੇ ਇਹ ਬਾਦਸ਼ਾਹ ਦੇ ਆਰਡਰ ਨਾਲ। ਇਹ ਆਂਦੇ ਨੇ ਬਾਦਸ਼ਾਹ ਵਾ, ਮਰਨਾ ਮਨਜ਼ੂਰ ਏ ਪਰ ਕਲਮੇ ਤੋਂ ਨਹੀਂ ਹਟਾਂਗੇ, ਮਰਨਾ ਮਨਜ਼ੂਰ ਏ ਪਰ ਰੱਬ ਦੇ ਆਖੇ ਤੋਂ ਨਹੀਂ ਹਟਾਂਗੇ। ਅੱਲਾ ਕੱਲਾ ਹੀ ਹੈ, ਉਹਦੇ ਨਾਲ ਸ਼ਿਰਕ ਨਹੀਂ ਕਰਾਂਗੇ, ਉਹਦੀਆਂ ਨਾ ਫਰਮਾਨੀਆਂ ਨਹੀਂ ਕਰਾਂਗੇ। ਜਾਨ ਜਾਂਦੀ ਏ ਤੇ ਚਲੀ ਜਾਏ, ਇਹ ਸਾਰੇ ਛਾਲਾ ਮਾਰੀ ਜਾ ਰਹੇ ਨੇ। ਇੱਕ ਬੀਬੀ ਤੇ ਛੋਟਾ ਜਿਹਾ ਬੱਚਾ ਉਹਦੇ ਕੋਲੇ ਇੰਜ ਕਰਕੇ ਸੀਨੇ ਦੇ ਨਾਲ ਲਾਇਆ ਹੈ। ਪਰ ਫਤਿਆਣੇ ਵਾਲਿਆ ਗਿਰਦੋਂ ਨਵਾ ਤੋਂ ਆਉਣ ਵਾਲਿਆ, ਜਾਣੈ ਨਾ ਮਾਂ ਦੀ ਮਮਤਾ ਕੀ ਹੁੰਦੀ ਏ, ਜਾਣੈ ਨਾ ਮਾਂ ਦੀ ਮੁਹੱਬਤ ਕੀ ਹੁੰਦੀ ਏ, ਜਾਣੈ ਮਾਂ ਦਾ ਪਿਆਰ ਔਲਾਦ ਨਾਲ ਕੀ ਹੁੰਦਾ ਏ। ਇਹ ਮਾਂ ਡਗਮਗਾ ਗਈ ਏ, ਇਹ ਮਾਂ ਲੜਖੜਾ ਗਈ ਏ, ਇਹ ਮਾਂ ਦੇ ਦਿਲ ਅੰਦਰ ਸੋਚਾ ਗਈਆਂ, ਆਂਦੀ ਏ ਪੁੱਤਰ ਵੀ ਜਾਏਗਾ ਤੇ ਮੈਂ ਵੀ ਜਾਵਾਂਗੀ, ਨੰਨਾ ਜਲਾਲ ਵੀ ਮਰ ਜਾਏਗਾ। ਪਰ ਲੋਕੋ ਕਾਬਾ ਦੇ ਰੱਬ ਦੀ ਕਸਮ, ਜੇ ਜੰਮਦੇ ਬੱਚੇ ਕਦੀ ਬੋਲਦੇ ਨਹੀਂ, ਜੇ ਅੱਲਾ ਬੁਲਾਵੇ ਤੇ ਬੋਲ ਵੀ ਪੈਂਦੇ ਨੇ। ਨਿੱਕੇ ਜਿਹੇ ਬੱਚੇ ਦੁੱਧ ਪੀਂਦੇ ਬੱਚੇ ਕਦੀ ਬੋਲਦੇ ਨਹੀਂ, ਪਰ ਅੱਲਾ ਬੁਲਾਵੇ ਤੇ ਬੋਲ ਪੈਂਦੇ ਨੇ। ਇਹ ਛੋਟਾ ਜਿਹਾ ਬੱਚਾ ਮਾਂ ਦੇ ਕਲੇਜੇ ਲੱਗਾ, ਆਂਦਾ ਨੀ ਅੰਮੀ ਇਹਨੂੰ ਅੱਗ ਨਾ ਸਮਝੀ, ਇਹਨੂੰ ਗੁਲਜ਼ਾਰ ਸਮਝ ਲੈ, ਇਹ ਅੱਗ ਨਹੀਂ ਓ ਇਹ ਤੇ ਗੁਲਜ਼ਾਰ ਏ, ਇਹਦੇ ਚ ਛਾਲਾ ਮਾਰਦੇ ਅੱਲਾ ਜੰਨਤ ਦੇ ਦੇਵੇਗਾ। ਨੀ ਅੰਮੀ ਇਹਦੇ ਤੋਂ ਡਰ ਨਾ ਜਾਈ, ਇਹਦੇ ਤੋਂ ਫਿਰ ਨਾ ਜਾਈ, ਅੰਮੀ ਛਾਲ ਮਾਰ ਦੇ ਅੱਲਾ ਰਾਜ਼ੀ ਹੋ ਜਾਏਗਾ। ਜਦੋਂ ਪੁੱਤਰ ਨੇ ਬੋਲ ਕੇ ਗੱਲ ਕੀਤੀ, ਮਾਂ ਦਾ ਹੌਸਲਾ ਵਧਿਆ, ਮਾਂ ਨੇ ਛਾਲਾ ਮਾਰ ਦਿੱਤੀਆਂ। ਇਨਲਜ਼ੀਨਾ ਕਾਲੂ ਰੱਬੁਨ ਅੱਲਾਹ ਸੁਮਾ ਸਕਾਮੋ ਫਲਾ ਖੌਫੁਨ ਅਲੈਹਿਮ ਵਲਾ